ਚਾਂਦ ਦੇ ਟੋਟੇ ਹੋ ਬਸ ਫੀਡ ਲੋਡ ਕਰਕੇ ਤੇ ਨਿਕਲਿਆ ਮੈਂ ਅੱਗੋਂ ਟਰੈਕਟਰ ਮੈਂ ਤਾਂ ਵੀ ਮੈਂ ਉਹਦੇ ਪਿੱਛੋਂ ਆਉਂਦਾ ਹਰ ਪਾਸੇ ਅੰਧਾਰ ਹੀ ਅੰਧਾਰ ਹੈ ਲੇਟ ਸੀ ਗਏ ਅਸਲਾਮ ਅਲੈਕੁਮ ਵੀਰ ਕਿਵੇਂ ਹਾਲ ਹੈ ਠੀਕ ਹੋ ਤਬੀਅਤ ਸਿਹਤ ਠੀਕ ਉਮੀਦ ਕਰਨਾ ਤੁਸੀਂ ਸਾਰੇ ਖੈਰ ਖੈਰੀਅਤ ਨਾਲ ਉਸ ਮੈਂ ਅੱਲਾਹ ਦੇ ਫਜ਼ਲ ਦੇ ਕਰਮ ਨਾਲ ਬਿਲਕੁਲ ਠੀਕ ਮੈਂ ਮੁਹੰਮਦ ਜਮਸ਼ੇਦ ਤੁਸੀਂ ਦੇ ਪਏ ਯੂਟਿਊਬ ਚੈਨਲ ਲਾਲਾ ਸਰੱਕੀ ਵੀਰ ਸਾਰੀਆਂ ਮੁਹੱਬਤਾਂ ਦਾ ਬੇਸ਼ ਇੰਤਹਾ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਮੇਰੀ ਵੀਡੀਓ ਦੇ ਦੇ ਅਤੇ ਬੜੇ ਦਿਲ ਨਾਲ ਬੜੇ ਚਾਹ ਨਾਲ ਅਤੇ ਤੁਸੀਂ ਵੀਡੀਓ ਦੇਦੇ ਰਹਤੇ ਹੈ ਸਬਸਕ੍ਰਾਈਬ ਕਰਦੇ ਰਹਤੇ ਹੈ ਇਨਸ਼ਾਅੱਲਾ ਸਾਰਾ ਚੈਨਲ ਇੱਕ ਵਾਰ ਨੇੜ ਦੀ ਦੁਨੀਆ 'ਚ ਆਇਆ ਪਿਓ ਉਸੇ ਅਤੇ ਤੁਸਾਂ ਦੇ ਭੈਣ ਭਰਾਵਾਂ ਦਾ ਬਹੁਤ ਸ਼ੁਕਰੀਆ ਅਤੇ ਜੇ ਅੱਜ ਤੱਕ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਲਾਜ਼ਮੀ ਸਬਸਕ੍ਰਾਈਬ ਕਰੋ ਅਤੇ ਬੋਲਾ ਅੱਜ ਦੀ ਮਜ਼ੇਦਾਰ ਵੀਡੀਓ ਸ਼ੁਰੂ ਕਰੇ ਨੇ ਇਗਜ਼ਾਮ ਦੇ ਟੋਟੇ ਹੋ ਤਾਂ ਮਿਸਤਰੀ ਸ਼ੁਰੂ ਪੈਣ ਮਜ਼ਦੂਰ ਸ਼ੁਰੂ ਪੈਣ ਇਹ ਤੱਕ ਚੈੱਕ ਕਰਾਵਾਂ ਅਤੇ ਉਹਦੇ ਬਾਅਦ ਛੋਟੇ ਮੋਟੇ ਕੰਮ ਹੀ ਨੋ ਕਰਨੇ ਅੱਜ ਕੰਮ ਜ਼ਿਆਦਾ ਟਾਈਮ ਘੱਟ ਹੈ ਦੇਖਣ ਕਿੱਥੇ ਬਰਾਬਰੀ ਥੀਂਦੀ ਕਿ ਨਹੀਂ ਥੀਂਦੀ ਖੱਡੇ ਚੈੱਕ ਕਰੋ ਸਾਰੇ ਖੱਡੇ ਖੱਡੇ ਇਹ ਅੱਜ ਖੱਡੇ ਫਾਈਨਲ ਠੀਕ ਹੈ ਆਖਰੀ ਰਹਿੰਦੇ ਬਸ ਬਾਕੀ ਫਾਈਨਲ ਠੀਕ ਹੈ ਕੱਲ੍ਹ ਬਿਜਲੀ ਨੇ ਲਾ ਦਿੱਤੀ ਹੈ ਫਾਈਨਲੀ ਵੀ ਵਾਰ ਅਸੀਂ ਪਹੁੰਚੇ ਇੱਟਾ ਚਾਵੰਡੂ ਦੇ ਨਾਲ ਵਾਲੇ ਫਾਰਮ 'ਤੇ ਵਰਕਰ ਇੱਟਾਂ ਲੋਡ ਕਰਿਆ ਨੇ ਪੈਣ ਇਹ ਫਾਰਮ ਦਾ ਏਰੀਆ ਜਾਨ ਦੇ ਟੋਟੇ ਹੋ ਟਰਾਲੀ ਫਸ ਗਈ ਹੈ ਇਹ ਚੈੱਕ ਕਰੋ ਸਾਰੇ ਕੰਮ ਚੈੱਕ ਕਰੋ ਇੱਥੇ ਰੱਖ ਢੇਰ ਲੱਦੀਆਂ ਹੋਈਆਂ ਨੇ ਇਹ ਹੈ ਹੀ ਕੋਈ ਰੈਕੋਰਡ ਨਹੀਂ ਹੈ ਚਾਹ ਡਣ ਮਾਲ ਹੀ ਹੈਗਾ ਯਾਰ ਇੱਟਾਂ ਦਾ ਵਜ਼ਨ ਇੱਥੇ ਚੈੱਕ ਕਰੋ ਇੱਕ ਜਾਸ਼ਾ ਬੜਾ ਕੇ ਦੀ ਸੇ ਟਰੈਕਟਰ ਹੁਣ ਪਾਈ ਖੜੇ ਆ ਲੇਕਿਨ ਇਹ ਸਟੈਂਡ ਨਹੀਂ ਪਿਆ ਨਿਕਦਾ ਕਿਉਂਕਿ ਪ੍ਰੋਗਰਾਮ ਸਰ ਬੜਾ ਨਿਕਲ ਆਇਆ ਯਾਰ ਕੱਢ ਹੁਣ ਤੈਨੂੰ ਕੱਲ੍ਹ ਇੱਟਾਂ ਟਰੈਕਟਰ ਸਲਿੱਪ ਮਰਿੰਦਾ ਅਤੇ ਇੱਟਾਂ ਸਾਰੀਆਂ ਕੱਢ ਸਟਿੰਦਾ ਬੜੇ ਜ਼ਲੀਲ ਹੋਏ ਖੜੇ ਬਸ ਟਰਾਲੀ ਬਿਲਕੁਲ ਫਸ ਗਈ ਹੈ ਕਿਸੇ ਤਰੀਕੇ ਨਾਲ ਨਹੀਂ ਸਾਡੀ ਡਰਾਈਵਰੀ ਖਤਮ ਥੀ ਗਈ ਹੈ ਟਰੈਕਟਰ ਆਉਂਦਾ ਨਹੀਂ ਹੁਣ ਸੀਲਾਂ ਲੈਂਦੇ ਪਏ ਸਟੈਂਡ ਤਲੇ ਕਰੇ ਨੇ ਕਿਉਂਕਿ ਉਹ ਫਸੇ ਨੇ ਅਤੇ ਉਹ ਕੰਮ ਪੈ ਪੈਂਦੇ ਉਹਨੂੰ ਸਟੈਂਡ ਤਲੇ ਨਹੀਂ ਆਉਂਦੇ ਟਰੈਕਟਰ ਲੈਣੇ ਅਤੇ ਲਿੰਗਨ ਤਲੇ ਨਹੀਂ ਲੈਂਦੇ ਕਿਉਂਕਿ ਇਹਨਾਂ ਦੇ ਵਿੱਚ ਜਿਹੜੀ ਫੱਟੀ ਲੱਗਦੀ ਹੋਏ ਕੋਈ ਸਾਰੇ ਕੋਲ ਅਤੇ ਅੱਜ ਸਾਰੇ ਨਾਲ ਬਹੁਤ ਬੁਰਾ ਹਾਲ ਥੀ ਖੜੇ ਪ੍ਰੋਗਰਾਮ ਬੜਾ ਖੜਾ ਹੈ ਹੁਣ ਕੀ ਕਰੀਏ ਅਤੇ ਕੀ ਨਾ ਕਰੀਏ ਸਮਝ ਨਹੀਂ ਆਉਂਦੀ ਗੱਲ ਦੀ ਪ੍ਰੋਗਰਾਮ ਤੋਂ ਬੜ ਗਿਆ ਮੇਰੀ ਜਾਨ ਦੇ ਟੋਟੇ ਹੋ ਖੈਰ ਖਰੀਅਤ ਨਾਲ ਟਰਾਲੀ
निकल गई है, सारी जान छुट गई है। नहीं तो ये डिठे ने इन्हों का मुँह ही में दिख गया ही जी, मैं बस क्या पूछ दे वे परम तक पहुँच गए। ये मुंजी डिठी ने ये बिल्कुल मरण ते आ गई है, इन्हों को पानी दे वसैल को आई, मैं इन्हों को पानी टैंकियाँ नाल दिता हूँ, चेक करो मुंजी को। जान में छोटे हो सिला ला के हूँ कहते फीड मिल उदू गहने फीड वाला फीड मिल पहुँच गए थे तुम्हारे नाल साफ तक रहे ला के। ट्रैक्टर खड़ा दिता से ट्राली अद्धी लोड हो गई है, इन्हें बहुत सारा नंबर है, इंशाल्लाह माल लोड कर दें। ए नहुसत मालिक दे रहा होवे ने उन मशीनरी में नहुसत होनी है, ए तंग में ट्रैक्टर चेक करे ना ए ए चेक करे ए ए चेक करे ए ए चेक करे हुन तंग मजे दी चीज दिखावा ए लाइट है ए चेक करो ए इन ए लाइट चेक करो पूरा टायर के न रिम में न बैरिंग है न कोई चीज है ए ए चेक करो इधर धुआं चेक करो ए लीडर चेक करो ए फिल्टर जेडन दाए है ना कदान दाए इना चेंज नहीं किते ते इने तो लोड ही पाया होया ने इधर देखो लोड चेक करो लोड ए रेडिएटर दी हालत चेक करो इने पानी करा नहीं पाया 200 किलोमीटर चले भी करता 200 किलोमीटर रोजाना चलदा भी है इंदर चेक करो चेक इनकी उम्र देखो तो इन्हें काम चेक करो इन्हें काम चेक करो नहीं सर तो करे मैं जान दे टूटी हो फाइनल हूँ फार्म तक पहुँच चुका तो टाइम थी कि पूरे 11 रात दे तो रात दे लुक तक दिखावा कि फार्म चेक करो कमरे पहुंच चुका टेम्पो 11 बजे के हेयर फेयर नाम में पहुंचाया फेड गिन के। तो उम्मीद करें ना कि वीडियो अच्छी लगी, जो वीडियो अच्छी लगी चैनल को सब्सक्राइब कर लो, आने वाली वीडियो तक अपने ग्राहक को देखिए ज़्यादा अपना बहुत सारा ख्याल रखें, लाफेस दो अच्छी याद रखें, चैनल को सब्सक्राइब जरूर करो।